ਵੱਲੋਂ ਅੱਜ ਬਹੁਤ ਵੱਡਾ ਇੱਥੇ ਸਮਾਗਮ ਵੀ ਹੋ ਰਿਹਾ, ਮੈਡੀਕਲ ਚੈੱਕਅਪ ਕੈਂਪ ਹੋ ਰਿਹਾ, ਜਿਹੜੇ ਕਿ ਪੂਰੇ ਪੰਜਾਬ 'ਚ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਜੀ ਦੀ ਮਦਦ ਦੇ ਨਾਲ, ਉਹਨਾਂ ਦੇ ਸੇਵਾ ਦੇ ਨਾਲ ਕਰਵਾਏ ਜਾ ਰਹੇ। ਔਰ ਇਹ ਗੱਲ ਜਾਣ ਕੇ ਬੜੀ ਖੁਸ਼ੀ ਹੋਈ ਕਿ 5 ਨਵੰਬਰ ਨੂੰ ਫਸਟ ਰਿਕਗਨੀਸ਼ਨ ਅਵਾਰਡ ਦੇਣ ਜਾ ਰਹੇ ਉਹ ਲੋਕ, ਉਹ ਹਸਤੀਆਂ, ਉਹ ਪਰਸਨੈਲਿਟੀਜ਼ ਜਿਨ੍ਹਾਂ ਨੇ ਸੇਵਾ ਦੇ ਖੇਤਰ ਵਿੱਚ ਬਹੁਤ ਵੰਡਰਫੁਲ ਕੰਮ ਕੀਤਾ, ਉਹਨਾਂ ਨੂੰ ਰਿਕਗਨਾਈਜ਼ ਕਰਨ ਲਈ ਇਹ ਅਵਾਰਡ ਸ਼ੁਰੂ ਹੋ ਰਹੇ 5 ਨਵੰਬਰ ਨੂੰ ਔਰ ਬਾਗ ਕੈਸਲ ਜਲੰਧਰ 'ਚ। ਮੈਂ ਆਪਣੇ ਵੱਲੋਂ ਇਸ ਔਰਗਨਾਈਜੇਸ਼ਨ ਨੂੰ, ਵਰਲਡ ਕੈਂਸਰ ਕੇਅਰ ਔਰਗਨਾਈਜੇਸ਼ਨ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਔਰ ਮੇਰੇ ਕੋਲ ਸ਼ਬਦ ਨਹੀਂ ਕਿ ਜਿਸ ਤਰੀਕੇ ਨਾਲ ਇੰਡੀਆ 'ਚ, ਪੰਜਾਬ 'ਚ ਇਹ ਸੇਵਾ ਕਰ ਰਹੇ ਆ, ਨਿਸ਼ਕਾਮ ਸੇਵਾ ਕਰ ਰਹੇ ਆ, ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਲੱਭ ਦੇ। ਔਰ ਇਹ ਸੇਵਾ ਪੱਕੇ ਹੀ, ਇਹਨੂੰ ਆਪਾਂ ਧਰਮ ਕਹਿ ਸਕਦੇ ਹਾਂ, ਇਹਨੂੰ ਆਪਾਂ ਕਰਮ ਕਹਿ ਸਕਦੇ ਹਾਂ, ਇਹਨੂੰ ਹੀ ਮਨੁੱਖਤਾ ਕਹਿ ਸਕਦੇ। ਕੁਝ ਖਾਸ ਲੋਕ ਭੇਜੇ ਹੁੰਦੇ ਆ ਕੁਦਰਤ ਨੇ, ਅਕਾਲ ਪੁਰਖ ਨੇ, ਜਿਨ੍ਹਾਂ ਨੂੰ ਲੋਕਾਂ ਦੀ ਸੇਵਾ ਵਾਸਤੇ, ਹਿਊਮੈਨਿਟੀ ਵਾਸਤੇ ਭੇਜਿਆ ਹੁੰਦਾ। ਉਹਨਾਂ ਵਿੱਚੋਂ ਨੇ ਇਹ ਵਰਲਡ ਕੇਅਰ ਔਰਗਨਾਈਜੇਸ਼ਨ ਦੇ, ਕੈਂਸਰ ਕੇਅਰ ਦੇ ਸੱਜਣ ਜਿਹੜੇ ਮਦਦ ਕਰ ਰਹੇ ਨੇ, ਵਿਦੇਸ਼ਾਂ 'ਚ ਬੈਠ ਕੇ ਵੀ ਆਪਣੇ ਪੰਜਾਬ, ਆਪਣੇ ਦੇਸ਼ ਦੀ ਸੂਝਬੂਝ ਦੇ ਨਾਲ ਮਦਦ ਕਰਦੇ ਆ, ਆਪਣੀ ਕਮਾਈ ਦੇ ਵਿੱਚੋਂ ਮਦਦ ਕਰਦੇ ਆ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਬਹੁਤ ਬਹੁਤ ਸ਼ੁਕਰੀਆ।